ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਦੇ ਬਹੁਤ ਦੇਰ ਤੋਂ, ਸਾਲ 2 ਸਾਲ ਹੋ ਗਏ ਆ, ਰਿਕੁਐਸਟ ਆਉਂਦੀ ਸੀ ਕਿ ਕਿਰਨ ਜੀ ਤੁਸੀਂ ਪਲੀਜ਼ ਚੁਪਹਿਰਾ ਸਾਹਿਬ ਗੁਰੂ ਘਰ ਆ ਕੇ ਕੱਟੋ, ਔਰ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਬਹੁਤ ਕਲੋਜ਼ ਹੈਗੇ ਆ, ਨੇੜੇ ਆ, ਔਰ ਮਹਾਰਾਜ ਨੇ ਤੁਹਾਨੂੰ ਬਹੁਤ ਸਾਰੀਆਂ ਜੁਗਤੀਆਂ ਦੱਸੀਆਂ ਆ, ਅਤੇ ਤੁਸੀਂ ਪਲੀਜ਼ ਆਓ ਚੁਪਹਿਰਾ ਸਾਹਿਬ ਕੱਟੋ ਅਤੇ ਸਾਨੂੰ ਵੀ ਉਹ ਜੁਗਤੀਆਂ ਦੱਸੋ, ਤਾਂ ਕਿ ਸਾਡੇ ਕੰਮ ਵੀ ਜਿਹੜੇ ਆ ਉਹ ਸੰਪੂਰਨ ਹੋਣ। ਅਤੇ ਇਹ ਮੈਂ ਦੇਖ ਰਹੀ ਹਾਂ ਕਿ ਚੁਪਹਿਰੇ ਸਾਹਿਬ ਤਾਂ ਕੱਟ ਰਹੇ ਹੈਗੇ ਬਹੁਤ ਗੁਰੂ ਘਰਾਂ ਦੇ ਵਿੱਚ, ਪਰ ਮਰਿਆਦਾ ਜਿਹੜੀ ਆ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਹੀ ਹੈਗੀ। ਸੋ ਮਰਿਆਦਾ ਕਿਸ ਤਰ੍ਹਾਂ ਕਰਨੀ ਹੈ, ਜਿਹਦੇ ਨਾਲ ਸ਼ਹੀਦ ਸਿੰਘ ਖੁਸ਼ ਹੋਣ, ਜਿਹਦੇ ਨਾਲ ਤੁਹਾਡੇ ਕੰਮ ਬਹੁਤ ਜਲਦੀ ਜਲਦੀ ਹੋਣ, ਔਰ ਗੁਰੂ ਸਾਹਿਬ ਤੁਹਾਡੇ 'ਤੇ ਨਾਮ ਦੀ ਵੀ ਕਿਰਪਾ ਕਰਨ। ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਸ ਤਰ੍ਹਾਂ ਚੁਪਹਿਰੇ ਸਾਹਿਬ ਕੱਟੇ ਜਾਂਦੇ ਨੇ ਔਰ ਉਹਦੀ ਮਰਿਆਦਾ ਕੀ ਹੈਗੀ ਆ। ਅਤੇ ਕਿਰਨ ਡੇਜ਼ੀ ਸਟਾਰਟ ਕਰ ਰਹੀ ਹੈਗੀ ਆ 2 ਜੂਨ ਤੋਂ, ਸਿੱਖ ਅਕੈਡਮੀ ਸਰੀ ਦੇ ਵਿੱਚ 128-85 'ਤੇ ਗੁਰੂ ਘਰ ਹੈਗਾ ਆ ਸਿੱਖ ਅਕੈਡਮੀ ਦੇ ਅੰਦਰ, ਅਤੇ ਤੁਸੀਂ ਉੱਥੇ ਆਉਣਾ। ਸਾਧ ਸੰਗਤ ਜੀ, ਮੈਂ ਵੀਡੀਓ ਪਾਊਂਗੀ ਅੰਦਰੋਂ ਗੁਰੂ ਘਰ ਦੀਆਂ ਵੀ, ਤਾਂ ਕਿ ਤੁਹਾਨੂੰ ਪਤਾ ਹੋਵੇ ਗੁਰੂ ਘਰ ਕਿਸ ਤਰ੍ਹਾਂ ਦਾ ਉੱਥੇ ਅੰਦਰ ਆ ਅਤੇ ਲੰਗਰ ਹਾਲ ਕਿਸ ਤਰ੍ਹਾਂ ਦਾ ਹੈਗਾ। ਬਹੁਤ ਹੀ ਪਿਆਰਾ ਗੁਰੂ ਘਰ ਆ, ਲੰਗਰ ਹਾਲ ਵੀ ਬਹੁਤ ਵੱਡਾ ਹੈਗਾ। ਅਤੇ ਸਾਧ ਸੰਗਤ ਜੀ, ਸ਼ਹੀਦਾਂ ਦਾ ਜਦੋਂ ਚੁਪਹਿਰਾ ਸਾਹਿਬ ਕੱਢਣਾ, ਉਹਦੀ ਪਹਿਲੀ ਮਰਿਆਦਾ ਇਹ ਹੈਗੀ ਆ ਕਿ ਸ਼ਹੀਦ ਸਿੰਘਾਂ ਨੂੰ ਉਹ ਦੇਗ ਪ੍ਰਵਾਨ ਨਹੀਂ ਹੁੰਦੀ ਜਿੱਥੇ ਜਿਸ ਘਰ 'ਚ ਮੀਟ ਆਂਡਾ ਸ਼ਰਾਬ ਹੋਵੇ, ਔਰ ਉਸ ਘਰ ਦੇ ਵਿੱਚ ਸ਼ਹੀਦਾਂ ਦੀ ਜੋਤ ਵੀ ਨਹੀਂ ਲਗਾਉਣੀ ਹੁੰਦੀ। ਪਰ ਜਿਹੜਾ ਤੁਸੀਂ ਦੇਗ ਬਣਾ ਕੇ ਲੈ ਕੇ ਜਾਂਦੇ ਆ ਨਾ, ਉਹ ਬਹੁਤ ਹੀ ਪਹਿਲੀ ਚੀਜ਼ ਉਹ ਹੀ ਗਲਤ ਹੁੰਦੀ ਹੈਗੀ। ਕਦੀ ਵੀ ਘਰੋਂ ਦੇਗ ਨਹੀਂ ਬਣਾ ਕੇ ਸ਼ਹੀਦਾਂ ਵਾਸਤੇ ਲੈ ਕੇ ਜਾਣੀ ਹੈਗੀ, ਉਹਨਾਂ ਨੂੰ ਤੁਹਾਨੂੰ ਉਹ ਦੇਗ ਪ੍ਰਵਾਨ ਨਹੀਂ ਹੁੰਦੀ ਹੈਗੀ। ਸਾਧ ਸੰਗਤ ਜੀ, ਜਦੋਂ ਤੁਸੀਂ ਆਉਣਾ, ਕਿਸੇ ਨੇ ਵੀ ਘਰੋਂ ਦੇਗ ਨਹੀਂ ਲੈ ਕੇ ਆਉਣੀ। ਹਾਂ, ਤੁਸੀਂ ਘਰੋਂ ਸੁੱਕੀਆਂ ਚੀਜ਼ਾਂ ਲੈ ਕੇ ਆ ਸਕਦੇ ਹਾਂ, ਜਿਸ ਤਰ੍ਹਾਂ ਤੁਸੀਂ ਆਟਾ ਹੋਇਆ, ਸ਼ੂਗਰ ਹੋਈ, ਘਿਓ ਹੋਇਆ, ਜੋਤ 'ਚ ਵੀ ਪਾਉਣ ਵਾਸਤੇ, ਦੇਗ ਵਾਸਤੇ ਵੀ ਤੁਸੀਂ ਲੈ ਕੇ ਆ ਸਕਦੇ ਸਾਧ ਸੰਗਤ ਜੀ। ਔਰ ਉਹ ਜਿਹੜੀ ਦੇਗ ਕਿਸ ਤਰ੍ਹਾਂ ਬਣਾਉਣੀ ਆ, ਜਪਜੀ ਸਾਹਿਬ ਦਾ ਪਾਠ ਕਰਕੇ ਇੱਕ ਜਗ੍ਹਾ ਹੀ ਦੇਗ ਬਣਦੀ ਹੈਗੀ ਆ ਗੁਰੂ ਘਰ, ਤਾਂ ਕਿ ਸਿੱਧੀ ਲੰਗਰ ਹਾਲ ਦੇ ਵਿੱਚੋਂ ਦੇਗ ਜਿਹੜੀ ਆ ਸ਼ਹੀਦਾਂ ਨੂੰ ਉੱਪਰ ਤੱਕ ਜਾਣੀ ਚਾਹੀਦੀ ਆ। ਉਸ ਮਤਲਬ ਉਹ ਦੇਗ ਜਿਹੜੀ ਆ, ਇਹਦਾ ਰਸਤੇ ਦੇ ਵਿੱਚ ਇੱਦਾਂ ਨਹੀਂ ਹੈਗਾ ਜਿੱਦਾਂ ਤੁਸੀਂ ਜੁੱਤੀਆਂ ਪਾ ਕੇ ਲੈ ਕੇ ਜਾਂਦੇ ਹੈਗੇ ਆ, ਜਾਂ ਤੁਹਾਡੇ ਘਰ ਕੀ ਪਤਾ ਕਿੰਨੀ ਕਈਆਂ ਦੇ ਲੜਾਈ ਝਗੜਾ ਹੁੰਦਾ, ਨੈਗਟਿਵਿਟੀ ਹੁੰਦੀ ਆ, ਉਹ ਤੁਸੀਂ ਇੱਕ ਦੂਸਰੇ ਨੂੰ ਉਹ ਦੇਗ ਖਿਲਾ ਰਹੇ ਆ, ਔਰ ਕੀ ਪਤਾ ਕਿਸੇ ਦੀ ਕਿਸ ਤਰ੍ਹਾਂ ਦੀ ਸੋਚ ਹੁੰਦੀ ਆ, ਕਿਸ ਤਰ੍ਹਾਂ ਦੀ ਉਹਨਾਂ ਦੀ ਮੰਗ ਹੈਗੀ ਆ, ਹੈ ਨਾ। ਅਤੇ ਇੱਦਾਂ ਇਹ ਉਹ ਦੇਗ ਕਦੀ ਵੀ ਇੱਦਾਂ ਨਹੀਂ ਵਰਤਾਉਣੀ ਚਾਹੀਦੀ ਹੈਗੀ। ਦੇਗ ਜਿਹੜੀ ਆ ਤੁਸੀਂ ਉੱਥੇ ਆਪ ਬਣਾਵੋ, ਔਰ ਉੱਥੋਂ ਲਵੋ, ਜਿਹੜੀ ਇੱਕ ਜਗ੍ਹਾ ਦੇਗ ਬਣੀ ਆ ਉੱਥੋਂ ਲਵੋ, ਠੀਕ ਹੈ। ਇਹ ਮਰਿਆਦਾ ਹੈਗੀ ਪਹਿਲਾਂ ਤਾਂ, ਸ਼ਹੀਦ ਸਿੰਘਾਂ ਨੂੰ ਦੇਗ ਇਸ ਤਰ੍ਹਾਂ ਪ੍ਰਵਾਨੀ ਨਹੀਂ ਹੁੰਦੀ, ਅਤੇ ਕੰਮ ਤੁਹਾਡੇ ਕਿੱਥੋਂ ਹੋ ਜਾਣਗੇ ਉਹ। ਅਤੇ ਦੂਸਰੀ ਗੱਲ ਹੈਗੀ ਆ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ, ਸਲੋਲੀ ਸਲੋਲੀ ਮੈਂ ਤੁਹਾਨੂੰ ਜਦੋਂ ਆਪਾਂ ਉੱਥੇ ਸਾਧ ਸੰਗਤ ਕਰਾਂਗੇ ਮੈਂ ਤੁਹਾਨੂੰ ਦੱਸਾਂਗੀ। ਅਤੇ ਔਰ ਬਹੁਤ ਸਾਰੀ ਸਾਧ ਸੰਗਤ ਮਿਲਣਾ ਵੀ ਚਾਹੁੰਦੀ ਆ ਮੈਨੂੰ, ਅਤੇ ਚਲੋ ਮਤਲਬ ਉੱਥੇ ਆਪਾਂ ਸਾਧ ਸੰਗਤ ਵੀ ਕਰ ਲਾਂਗੇ, ਚੁਪਹਿਰਾ ਸਾਹਿਬ ਵੀ ਕੱਟ ਲਾਂਗੇ। ਹਰ ਸੰਡੇ 12 ਤੋਂ 4 ਸਰੀ ਸਿੱਖ ਅਕੈਡਮੀ, ਪਾਰਕਿੰਗ ਵੀ ਬਹੁਤ ਹੈਗੀ ਆ ਉੱਥੇ, ਅਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਵਾਸ਼ਰੂਮ ਵੀ ਕਾਫੀ ਹੈਗੇ ਆ, ਮਤਲਬ ਕਿਸੇ ਚੀਜ਼ ਦੀ ਵੀ ਉੱਥੇ ਕੋਈ ਘਾਟ ਨਹੀਂ ਹੈਗੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ।
ਔਰ ਬਾਬਾ ਦੀਪ ਸਿੰਘ ਜੀ ਜਿਹੜੇ ਸੀ ਨਾ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹੁੰਦੇ ਸੀ। ਔਰ ਉਹ ਸਿੱਖ ਅਕੈਡਮੀ ਆ ਜਿੱਥੇ ਕਿ ਬੱਚੇ ਗੁਰਬਾਣੀ ਸਿੱਖਦੇ ਨੇ, ਰਬਾਬ ਸਿੱਖਦੇ ਹੈਗੇ ਆ। ਔਰ ਕਿੰਨੇ ਸ਼ਹੀਦ ਸਿੰਘ ਖੁਸ਼ ਹੋਣਗੇ ਬਾਬਾ ਦੀਪ ਸਿੰਘ ਜੀ, ਸੋਚੋ ਤੁਸੀਂ, ਇਮੈਜਿਨ ਕਰੋ ਜੇ ਉਸ ਥਾਂ 'ਤੇ ਚੁਪਹਿਰਾ ਸਾਹਿਬ ਕੱਟ ਕੇ ਸੰਗਤਾਂ ਦੇ ਕੰਮ ਨਾ ਹੋਏ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿਤੇ ਹੋਰ ਵੀ ਹੋਣਗੇ ਦੁਨੀਆ 'ਚ। ਔਰ ਬੱਚਿਆਂ ਨੂੰ ਇੰਨਾ ਪਿਆਰ ਕਰਦੇ ਸੀ ਬਾਬਾ ਦੀਪ ਸਿੰਘ ਜੀ, ਉਹਨਾਂ ਨੂੰ ਗੁਰਬਾਣੀ ਸਿਖਾਉਂਦੇ ਹੁੰਦੇ ਸੀਗੇ ਦਮਦਮਾ ਸਾਹਿਬ ਦੀ ਧਰਤੀ 'ਤੇ ਬੈਠ ਕੇ ਬਾਬਾ ਦੀਪ ਸਿੰਘ ਜੀ ਮਹਾਰਾਜ, ਕਿਉਂਕਿ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਬਹੁਤ ਧਰਮ ਦਾ ਪ੍ਰਚਾਰ ਕੀਤਾ, ਸਿੱਖੀ ਦਾ ਪ੍ਰਚਾਰ ਕੀਤਾ, ਬੱਚਿਆਂ ਨੂੰ ਬਹੁਤ ਗੁਰਬਾਣੀ ਸਿਖਾਈ, ਖੁਦ ਜਪਜੀ ਸਾਹਿਬ ਦੇ ਪਾਠ ਬਹੁਤ ਕੀਤੇ ਉਹਨਾਂ ਨੇ। ਸੋ ਮਹਾਰਾਜ ਇਸ ਤੋਂ ਚੰਗੀ ਜਗ੍ਹਾ ਕੋਈ ਦੁਨੀਆ 'ਤੇ ਹੋ ਨਹੀਂ ਸਕਦੀ ਸੀ। ਇਸ ਕਰਕੇ ਦਾਸ ਨੇ ਹੁਕਮਨਾਮਾ ਲੈ ਕੇ ਮਹਾਰਾਜ ਤੋਂ ਪਰਮਿਸ਼ਨ ਲੈ ਕੇ, ਮਹਾਰਾਜ ਨੇ ਹੀ ਮੈਨੂੰ ਉੱਥੇ ਭੇਜਿਆ ਆ, ਮਹਾਰਾਜ ਨੇ ਹੀ ਹੁਕਮ ਕੀਤਾ ਕਿ ਉੱਥੇ ਸਿੱਖ ਅਕੈਡਮੀ ਦੇ ਵਿੱਚ ਜਾ ਕੇ ਚੁਪਹਿਰਾ ਸਾਹਿਬ ਕੱਟਿਆ ਜਾਵੇ। ਸੋ ਮਹਾਰਾਜ ਨੇ ਮੇਰੀਆਂ ਤਾਂ ਬਹੁਤ ਝੋਲੀਆਂ ਭਰੀਆਂ ਆ, ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਗੁਰੂ ਸਾਹਿਬ ਨੇ, ਹੈ ਨਾ। ਸੋ ਮੈਂ ਚਾਹੁੰਦੀ ਹਾਂ ਕਿ ਇੱਕ ਆਪਣੀ ਸੁਸਾਇਟੀ ਦਾ ਭਲਾ ਹੋਵੇ, ਸਮਾਜ ਦਾ ਭਲਾ ਹੋਵੇ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਸ ਤਰ੍ਹਾਂ ਮਰਿਆਦਾ ਦੇ ਵਿੱਚ ਚੁਪਹਿਰਾ ਸਾਹਿਬ ਕੱਟਿਆ ਜਾਂਦਾ, ਕਿਸ ਤਰ੍ਹਾਂ ਗੁਰਬਾਣੀ ਨੂੰ ਪਿਆਰ ਕੀਤਾ ਜਾਂਦਾ ਔਰ ਕਿਸ ਤਰ੍ਹਾਂ ਗੁਰਬਾਣੀ ਪੜ੍ਹਨੀ ਹੈਗੀ ਆ। ਚੁਪਹਿਰਾ ਸਾਹਿਬ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ, ਜੇ ਤੁਸੀਂ ਉਹ ਪ੍ਰੋਪਰ ਤਰੀਕੇ ਨਾਲ ਕਰਦੇ ਆ ਤਾਂ ਕੰਮ ਤੁਹਾਡੇ ਇੱਦਾਂ ਹੁੰਦੇ ਆ, ਮਤਲਬ ਇੰਨੀ ਸਪੀਡ ਨਾਲ ਹੁੰਦੇ ਆ ਕਿ ਬੰਦਾ ਸੋਚਦਾ ਕਿ ਇਹ ਮੇਰੇ ਨਾਲ ਹੋ ਕੀ ਗਿਆ ਹੈਗਾ ਆ। ਸੋ ਇਹ ਤੁਸੀਂ ਹੌਲੀ ਹੌਲੀ, ਤੁਹਾਨੂੰ ਖੁਦ ਵੀ ਪਤਾ ਲੱਗੇਗਾ ਜੋ ਮੈਂ ਅੱਜ ਕਹਿ ਰਹੀ ਹੈਗੀ ਹਾਂ ਤੁਹਾਡੇ ਨਾਲ ਵੀ, ਕਈਆਂ ਨਾਲ ਜਿਹੜੀ ਸੰਗਤ ਮੈਨੂੰ ਫੋਲੋ ਕਰਦੀ ਹੈ, ਜਿਨ੍ਹਾਂ ਨੇ ਪੁੱਛ ਪੁੱਛ ਕੇ ਮੇਰੇ ਤੋਂ ਕੀਤੇ ਇੱਦਾਂ ਚੁਪਹਿਰਾ ਸਾਹਿਬ, ਜਿਨ੍ਹਾਂ ਦੇ ਕੰਮ ਹੋਏ ਆ, ਠੀਕ ਹੈ, ਉਹਨਾਂ ਨੂੰ ਪਤਾ ਹੈਗਾ ਆ। ਪਰ ਜਿਹੜੀਆਂ ਸਾਧ ਸੰਗਤ ਨੇ ਉੱਦਾਂ ਹੀ ਮਤਲਬ ਦੇਖੋ ਦੇਖੀ, ਚਲੋ ਜੀ ਉੱਧਰ ਚਲ ਜਾਓ ਉੱਧਰ ਚਲ ਜਾਓ, ਮਰਿਆਦਾ ਦਾ ਉਹਨਾਂ ਨੂੰ ਕਿਸੇ ਨੂੰ ਵੀ ਨਹੀਂ ਪਤਾ। ਜਿਨ੍ਹਾਂ ਨੇ ਸਟਾਰਟ ਵੀ ਕੀਤਾ ਉਹਨਾਂ ਨੂੰ ਵੀ ਮਰਿਆਦਾ ਨਹੀਂ ਪਤਾ, ਕਮ ਸੇ ਕਮ ਜਿਹਨੇ ਹੁਣ 9 ਸਾਲ ਚੁਪਹਿਰਾ ਸਾਹਿਬ ਲਾਏ ਆ ਅਤੇ ਗੁਰੂ ਸਾਹਿਬ ਨੇ ਕਿੱਥੇ ਕਿੱਥੇ ਉਹਨੂੰ ਉਹਦਾ ਉਹਨੂੰ ਇਮਤਿਹਾਨ ਵੀ ਲਏ ਹੋਣਗੇ ਔਰ ਸੋਝੀ ਵੀ ਉਹਨੂੰ ਵੀ ਕਿੱਥੇ ਕਿੱਥੇ ਉਹਨੂੰ ਸਮਝਾਉਣਾ ਵੀ ਕੀਤਾ ਹੋਏਗਾ, ਠੀਕ ਹੈ। ਸੋ ਮੈਂ ਚਾਹੁੰਦੀ ਹਾਂ ਕਿ ਐਟਲੀਸਟ ਲੋਕਲ ਜਿਹੜੀ ਸੰਗਤ ਹੈਗੀ ਆ, ਮੈਂ ਤਾਂ ਰਿਚਮੰਡ ਤੋਂ ਚਲੋ ਆਉਣਾ ਪਰ ਸਰੀ ਦੇ ਵਿੱਚ ਜਿਹੜੀ ਲੋਕਲ ਸੰਗਤ ਹੈ ਕਿ ਉਹਨਾਂ ਨੂੰ ਉਹਨਾਂ ਦਾ ਤਾਂ ਭਲਾ ਹੋਵੇ ਨਾ ਐਟਲੀਸਟ। ਅਤੇ ਹੌਲੀ ਹੌਲੀ ਸੋਸ਼ਲ ਮੀਡੀਆ ਦੇ ਥਰੂ ਚਲੋ ਪੂਰੇ ਵਰਲਡ 'ਚ ਜਿੱਦਾਂ ਸੰਗਤ ਕਹਿੰਦੇ ਤੁਸੀਂ ਚੁਪਹਿਰਾ ਸਾਹਿਬ ਦੇ ਪ੍ਰਚਾਰ ਕੀਤਾ ਅਤੇ ਦੁਨੀਆ ਇੰਨੀ ਚੁਪਹਿਰਾ ਸਾਹਿਬ ਕੱਟਣ ਲੱਗ ਪਈ, ਅਤੇ ਚਲੋ ਇੱਦਾਂ ਸੰਗਤ ਨੂੰ ਮਰਿਆਦਾ ਬਾਰੇ ਵੀ ਪਤਾ ਲੱਗੇਗਾ ਅਤੇ ਚਲੋ ਉਹ ਮਰਿਆਦਾ 'ਚ ਰਹਿ ਕੇ ਵੀ ਐਟਲੀਸਟ ਚੁਪਹਿਰਾ ਸਾਹਿਬ ਕੱਟਣ। ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਚੁਪਹਿਰੇ ਸਾਹਿਬ ਦੇ ਵਿੱਚ ਬਹੁਤ ਕਿਰਪਾ ਕਰਨ ਅਤੇ ਬਹੁਤ ਸਾਰੀਆਂ ਬਰਕਤਾਂ ਦੇਣ ਅਤੇ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।